रात आपां ने अपनी जिहड़ी पंज नंबर मशीन आ इहनूं वी झोने दी वाढी ते तैयार करता। पहला आपां नूं इह सी वी इहदे कोल हले दो तीन दिनां दी सोयाबीन दी वाढी हैगी आ, पर मौसम खराब होण करके जिहड़े झोने दी वाढी वाले बंदे ने जिन्हां दा झोना खेत सुक्के पैणे ਉਹ ਛੇਤੀ ਲੱਗ ਕਰਨ ਅਤੇ ਤਾਂ ਕਰਕੇ ਆਪਾਂ ਨੂੰ ਇਹ ਮਸ਼ੀਨ ਜਿਹੜਾ ਝੋਨੇ ਦੀ ਵਾਢੀ ਵਾਸਤੇ ਤਿਆਰ ਕਰਨੀ ਪਈ ਆ। ਬਾਕੀ ਅੱਜ ਆਪਾਂ ਆਪਣੇ ਦੋਵੇਂ ਮਸ਼ੀਨਾਂ ਨਾਲ ਝੋਨੇ ਦੀ ਵਾਢੀ ਕਰਾਂਗੇ। ਤਰੇਲ ਖਾਸੀ ਪਈ ਹੋਈ ਆ, ਅੱਧਾ ਘੰਟਾ ਧੁੱਪ ਲੱਗਣ ਤੋਂ ਬਾਅਦ ਦੋਵੇਂ ਮਸ਼ੀਨਾਂ ਕਰਦੇ ਹਾਂ ਝੋਨੇ 'ਚ ਸਟਾਰਟ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਤੁਹਾਡਾ ਫਿਰ ਤੋਂ ਇੱਕ ਨਵੀਂ ਵੀਡੀਓ 'ਚ, ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਆਪਾਂ ਨੇ ਜਿਹੜੀ ਆਪਣੀ ਚਾਰ ਨੰਬਰ ਮਸ਼ੀਨ ਸੀ ਉਹਨੂੰ ਝੋਨੇ ਦੀ ਵਾਢੀ ਕਰਨ ਭੇਜਤਾ, ਅਤੇ ਜਿਹੜੀ ਪੰਜ ਨੰਬਰ ਮਸ਼ੀਨ ਆ ਇਹਦਾ ਝੋਨਾ ਵੱਢਣ ਵਾਲਾ ਕੰਮ ਆ ਜਿਹੜਾ ਉਹ ਅੱਜ ਕੈਂਸਲ ਹੋ ਗਿਆ। ਉਹਦਾ ਕਾਰਨ ਇਹ ਸੀ ਵੀ ਜਿਹੜੇ ਖੇਤ ਵਾਲੇ ਦੇ ਮਸ਼ੀਨ ਨੇ ਜਾਣਾ ਸੀ ਉਹਨੇ ਵਪਾਰੀ ਨੂੰ ਵੇਚਣੀ ਸੀ ਫਸਲ, ਅਤੇ ਕੋਈ ਰੇਟ ਰੂਟ ਦਾ ਫਰਕ ਆ ਗਿਆ ਜਿਹਦੇ ਕਰਕੇ ਅੱਜ ਉਹਨੇ ਵਾਢੀ ਵਾਲਾ ਕੰਮ ਕੈਂਸਲ ਕਰਤਾ। ਅਤੇ ਹੁਣ ਦੁਬਾਰਾ ਮਸ਼ੀਨ ਦਾ ਆਪਾਂ ਕੱਟ ਲੋਡ ਕਰਕੇ ਇਹਨੂੰ ਸੋਇਆਬੀਨ ਦੀ ਵਾਢੀ 'ਚ ਲੈ ਕੇ ਚੱਲਦੇ ਹਾਂ। ਬਾਕੀ ਜਿਹੜੀ ਚਾਰ ਨੰਬਰ ਮਸ਼ੀਨ ਆ ਆਪਣੀ ਉਹ ਇੱਧਰ ਜਿਹੜਾ ਤੁਸੀਂ ਸਾਹਮਣੇ ਖੇਤ ਦੇ ਰਹੇ ਹੋ ਇਹੀ ਵੱਢਣ ਵਾਲੇ, ਉਹ ਝੋਨੇ ਦੀ ਵਾਢੀ ਕਰਨ ਚੱਲੀ ਆ, ਅਤੇ ਇਹ ਮਸ਼ੀਨ ਨੂੰ ਆਪਾਂ ਦੁਬਾਰਾ ਸੋਇਆਬੀਨ 'ਚ ਭੇਜ ਰਹੇ ਹਾਂ। ਮਾਮਾ ਆਪਾਂ ਰਾਤ ਲੱਗੇ ਰਹੇ, ਮੈਨੂੰ ਲੱਗਦਾ 12-1 ਵਜੇ ਤੱਕ ਮਸ਼ੀਨ ਨੂੰ ਤਿਆਰ ਕਰਨ ਝੋਨੇ ਦੀ ਵਾਢੀ ਵਾਸਤੇ, ਪਰ ਝੋਨੇ ਦੀ ਵਾਢੀ ਵਾਲਾ ਕੰਮ ਕੈਂਸਲ ਹੋ ਗਿਆ। ਉਹ ਜਿਹੜੇ ਖੇਤ ਵਾਲੇ ਦੇ ਵੱਢਣ ਜਾਣਾ ਸੀ ਉਹਦਾ ਕੋਈ ਵਪਾਰੀ ਨਾਲ ਰੇਟ ਰੂਟ ਦੀ ਗੱਲ ਬਣੀ ਨਹੀਂ ਹੈਗੀ, ਅਤੇ ਉਹ ਕਹਿੰਦਾ ਅੱਜ ਨਹੀਂ ਵੱਢਦੇ ਕੱਲ੍ਹ ਨੂੰ ਵੱਢਾਂਗੇ। ਹੁਣ ਦੁਬਾਰਾ ਇਹ ਮੁੰਡੇ ਸੋਇਆਬੀਨ ਦਾ ਕੁੱਪਾ ਕੱਢਣ ਜਾ ਰਹੇ ਨੇ, ਇਹਨਾਂ ਦੀ ਰੋਟੀ ਪਾ ਦੇ। ਅਤੇ ਜਿਹੜੀ ਚਾਰ ਨੰਬਰ ਮਸ਼ੀਨ ਆ ਉੱਥੇ ਉਹ ਚੱਲ ਰਹੀ, ਉਹਨਾਂ ਦੀ ਵੀ ਨਾਲੇ ਪਾ ਦੇ ਰੋਟੀ, ਇਹ ਆਪਦੀ ਖਾ ਜਾਣਗੇ ਰੋਟੀ ਅਤੇ ਉਹਨਾਂ ਦੀ ਉੱਥੇ ਫੜਾ ਜਾਣਗੇ, ਉਹਨਾਂ ਨੂੰ ਉਹ ਖਾ ਲੈਣਗੇ ਰੋਟੀ ਇਕੱਠੀ ਉਹ ਪਾ ਦੇ। ਰੋਟੀ ਆਪਣੇ ਮੁੰਡਿਆਂ ਨੂੰ ਲਿਆਤੀ ਅਤੇ ਰੋਟੀ ਪਾਣੀ ਖਾ ਕੇ ਇਹ ਸੋਇਆਬੀਨ ਦੇ ਕੁੱਪੇ ਦੇ ਮਸ਼ੀਨ ਲੈ ਜਾਂਗੇ। ਸੱਤੂ ਰੋਟੀ ਖਾ ਕੇ ਵੀਰੇ ਸੋਇਆਬੀਨ ਦੇ ਕੁੱਪੇ ਦੇ ਮਸ਼ੀਨ ਲੈ ਦਿਓ, ਜਿਹੜੀ ਆ ਰੋਟੀ ਆ ਇਹ ਆ ਟਰੈਕਟਰ ਵਾਲੇ ਮੁੰਡੇ ਨੂੰ ਫੜਾ ਦਿਓ, ਉਹ ਜਿਹੜੀ ਆਪਣੀ ਸਾਹਮਣੇ ਚਾਰ ਨੰਬਰ ਮਸ਼ੀਨ ਚੱਲ ਰਹੀ ਆ ਉਹਦੇ ਕੋਲ ਲੈ ਜਾਣਗੇ, ਠੀਕ ਆ। ਉਹਦੇ ਬਾਅਦ ਤੁਸੀਂ ਕੁੱਪਾ ਕੱਢ ਕੇ ਫਿਰ ਦੇਖਦੇ ਕੀ ਬਣਦਾ ਅੱਗੇ ਵੀ ਸੋਇਆਬੀਨ ਦਾ। ਮੈਨੂੰ ਲੱਗਦਾ ਇੱਕ ਬੰਦੇ ਦੀ ਕੁੱਪਾ ਹੋਊ, ਜੇ ਹੋਰ ਹੋਇਆ ਤਾਂ ਕੱਢਾਂਗੇ, ਨਹੀਂ ਫਿਰ ਕੱਲ੍ਹ ਨੂੰ ਉਹ ਬੜਾਊਗਾ ਬੰਦਾ ਜਿਹਦੇ ਅੱਜ ਆਪਣੇ ਝੋਨਾ ਵੱਢਣਾ ਸੀ। ਕਿਉਂ ਸੱਤੂ ਕਿਵੇਂ ਹੋ, ਚੱਲ ਰਹੀ ਆ ਠੀਕ ਆ, ਖੜ ਗਈ ਕਹਿੰਦੇ? ਅੱਛਾ 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 ਅੱਛਾ, ਵੀ ਟਰੈਕਟਰ ਬੰਦ ਹੋ ਗਿਆ ਸੀ ਇਹ, ਫਿਰ ਟੈਂਕ ਭਰਿਆ ਹੋਇਆ ਸੀ ਮਸ਼ੀਨ ਦਾ। ਠੀਕ ਆ ਠੀਕ ਆ, ਮਸ਼ੀਨ ਤਾਂ ਠੀਕ ਚੱਲੀ ਜਾਂਦੀ ਆ? ਬਸ ਠੀਕ ਆ ਠੀਕ ਆ। ਲਿਆਂਦੀ ਚਾਹ, ਤੁਹਾਡੀ ਚਾਹ ਪੀ ਲਓ, ਅਤੇ ਇਹ ਤੋਂ ਬਾਅਦ ਅਸੀਂ ਜਿਹੜੀ ਸੋਇਆਬੀਨ ਵਾਲੀ ਮਸ਼ੀਨ ਆ ਉਹਦੇ ਕੋਲ ਜਾਂਦੇ ਹਾਂ, ਉਹਨਾਂ ਨੂੰ ਚਾਹ ਦੇ ਕੇ ਆਉਣਾ। ਬਾਅਦ ਕਿੰਨਾ ਕੰਮ ਆ ਰਿਹਾ ਤੂੰ? ਅੱਛਾ ਉਹ ਜਿਹੜਾ ਨੀਂਦ ਸਾਰਾ ਏਸੀ ਦਾ ਹੀ ਆ ਮਤਲਬ। ਬਸ ਠੀਕ ਆ, ਲਾਓ ਝੱਟ ਜਿੰਨਕ ਲੱਗਦੀ ਹੈ, ਚਾਹ ਪੀ ਲਓ, ਇਹ ਤੋਂ ਬਾਅਦ ਸੋਇਆਬੀਨ ਵਾਲੀ ਮਸ਼ੀਨ ਜਿਹੜੀ ਉਹਦੇ ਕੋਲ ਜਾਂਦੇ ਹਾਂ। ਪਾ ਗਿਆ ਆਪਣੀ ਪੰਜ ਨੰਬਰ ਮਸ਼ੀਨ ਕੋਲ, ਅਤੇ ਮੁੰਡੇ ਰਸਤਾ ਲੱਗੇ ਹੋਏ ਨੇ ਬਣਾਉਣ, ਜਿੱਥੋਂ ਮਸ਼ੀਨ ਸੜਕ ਦੇ ਉੱਪਰ ਚੜ੍ਹਦੀ ਆ ਅਤੇ ਨਾਲ ਦੀਆਂ ਜਿਹੜੇ ਪਿਛਲੇ ਟਾਇਰ ਨੇ ਉਹ ਜਿਹੜਾ ਤੁਸੀਂ ਖਾਲ ਦੇਖ ਰਹੇ ਹੋ ਜਿਹੜਾ ਗਾਰਾ ਇਹ 'ਚ ਆ ਜਾਂਦੇ ਨੇ, ਜਿਹਦੇ ਕਰਕੇ ਮੂਹਰੋਂ ਮਸ਼ੀਨ ਸਲਿੱਪ ਮਾਰੀ ਜਾਂਦੀ ਆ, ਕਿਉਂਕਿ ਜਿਹੜੇ ਛੋਟੇ ਟਾਇਰ ਨੇ ਉਹ ਗਾਰੇ 'ਚ ਫਸ ਜਾਂਦੇ ਨੇ। ਹੁਣ ਲੱਕੜਾਂ ਲੁੱਕੜਾਂ ਸਿੱਟੀਆਂ ਨੇ, ਹੁਣ ਰੋਡ 'ਤੇ ਕੱਢ ਕੇ ਦੇਖਦਾ ਮਸ਼ੀਨ, ਨਹੀਂ ਆਪਾਂ ਫਿਰ ਟਰੈਕਟਰ ਲਿਆ ਕੇ ਦੋ ਚਿਨ ਪਾ ਕੇ ਖਿੱਚਾਂਗੇ ਇਹਨੂੰ।
ਆਪਾਂ ਨੇ ਪਹਿਲਾਂ ਮਸ਼ੀਨ ਸਿੱਧੇ ਲੋਡ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਸਿੱਧੇ ਲੋਡ ਨਹੀਂ ਨਿਕਲੀ। ਆਪਾਂ ਨੇ ਬੈਕ ਕੱਢਣ ਦੀ ਕੋਸ਼ਿਸ਼ ਕੀਤੀ, ਬੈਕ ਵੀ ਨਹੀਂ ਨਿਕਲੀ। ਮਸ਼ੀਨ ਬਾਹਰ ਨਾ ਆਉਣ ਦਾ ਕਾਰਨ ਇਹ ਆ ਵੀ ਜਿਹੜੀ ਆਤੜ ਆ ਜਦੋਂ ਵੱਡੇ ਟਾਇਰ ਉਰੇ ਆ ਜਾਂਦੇ ਨੇ ਅਤੇ ਛੋਟੇ ਟਾਇਰ ਉਹ ਜਿੱਥੇ ਖਾਲ ਦਿਖ ਰਿਹਾ ਤੁਹਾਨੂੰ ਆਹ ਉਹਦੇ ਵਿੱਚ ਫਸ ਜਾਂਦੇ ਨੇ, ਮਸ਼ੀਨ ਜ਼ੋਰ ਨਹੀਂ ਮਾਰਦੀ। ਹੁਣ ਆਪਾਂ ਟੋਚਨ ਲਿਆਂਦਾ, ਟਰੈਕਟਰ ਲਿਆਂਦਾ, ਹੁਣ ਟੋਚਨ ਪਾ ਕੇ ਬਾਹਰ ਖਿੱਚਦੇ ਮਸ਼ੀਨ ਨੂੰ। ਜੇ ਦੇਖਿਆ ਜਾਵੇ ਕੋਈ ਜ਼ਿਆਦਾ ਗਾਰਾ ਨਹੀਂ ਅਤੇ ਨਾ ਕੋਈ ਜ਼ਿਆਦਾ ਅੱਤੜ ਆ, ਪਰ ਸੇਮ ਟਾਈਮ 'ਤੇ ਉਰੇ ਅੱਤੜ ਪੈ ਜਾਂਦੀ ਆ ਅਤੇ ਛੋਟੇ ਟਾਇਰ ਉਹ ਗਾਰੇ 'ਚ ਆ ਜਾਂਦੇ ਨੇ, ਜਿਹਦੇ ਕਰਕੇ ਮਸ਼ੀਨ ਬਾਹਰ ਨਹੀਂ ਨਿਕਲਦੀ। ਬਾਕੀ ਹੁਣ ਟੋਚਨ ਪਾਉਣ ਵਾਸਤੇ ਮਸ਼ੀਨ ਕੱਢਦੇ ਹਾਂ। ਚੱਲ ਆਪਾਂ ਨੇ ਟੋਚਨ ਪਾ ਕੇ ਮਸ਼ੀਨ ਬਾਹਰ ਕੱਢ ਲਈ ਅਤੇ ਹੁਣ ਟਰੈਕਟਰ ਮਗਰ ਪਾ ਕੇ ਟਰਾਲਾ ਬਾਹਰ ਕੱਢਦੇ ਹਾਂ। ਆਪਾਂ ਜਦੋਂ ਚਾਹ ਲੈ ਕੇ ਆਏ ਸੀ ਤਾਂ ਮਸ਼ੀਨ ਉਰੇ ਫਸੀ ਖੜੀ ਸੀ, ਚੰਗਾ ਹੋਇਆ ਆਪਾਂ ਟਾਈਮ 'ਤੇ ਆ ਗਏ, ਨਹੀਂ ਇਹ ਮੁੰਡੇ ਖਪੀ ਜਾਂਦੇ। ਆਪਾਂ ਨੇ ਲੱਗ ਲਗਾ ਕੇ ਨਾਲ ਇਹਨਾਂ ਦੇ ਮਸ਼ੀਨ ਆ ਜਿਹੜੀ ਉਹ ਬਾਹਰ ਕਢਾਤੀ ਅਤੇ ਇਹਨੂੰ ਚਾਹ ਪਾਣੀ ਦਿੰਦਾ ਹੁਣ ਇਹ ਜਿਹੜਾ ਅੱਗੇ ਸੋਇਆ ਪੀਂਦਾ ਕੋਈ ਪਾਓ ਕੱਢਣ ਵਗ ਜਾਣਗੇ ਅਤੇ ਆਪਾਂ ਇੱਥੋਂ ਚੱਲਾਂਗੇ ਆਪਣੀ ਜਿਹੜੀ ਝੋਨੇ ਵਾਲੀ ਮਸ਼ੀਨ ਉਹਦੇ ਲਵੇ। ਜਿੱਥੇ ਆਪਣੀ ਮਸ਼ੀਨ ਫਸੀ ਸੀ ਉੱਥੇ ਜਿਹੜਾ ਦਾਣੇ ਵਾਲਾ ਟਰੈਕਟਰ ਆ ਹੁਣ ਉਹ ਫਸ ਗਿਆ, ਉਹਨੂੰ ਵੀ ਟੋਚਨ ਪਾ ਕੇ ਕੱਢਦੇ ਹਾਂ। ਹੁਣ ਜੇ ਆਪਾਂ ਚੜ੍ਹਾਈ ਦੀ ਗੱਲ ਕਰੀਏ ਜਾਂ ਅੱਤੜ ਦੀ ਗੱਲ ਕਰੀਏ ਤਾਂ ਕੋਈ ਜ਼ਿਆਦਾ ਨਹੀਂ ਹੈਗੀ, ਪਰ ਜਿਹੜੇ ਟਾਈਮ ਟਰੈਕਟਰ ਜਾਂ ਮਸ਼ੀਨ ਦੇ ਵੱਡੇ ਟਾਇਰ ਰੋਡ 'ਤੇ ਆਉਂਦੇ ਨੇ ਉਸੇ ਟਾਈਮ ਉੱਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਗਾਰੇ ਪਿਛਲੇ ਟਾਇਰ ਫਸ ਜਾਂਦੇ ਨੇ, ਜਿਹਦੇ ਕਰਕੇ ਟਰੈਕਟਰ ਜਾਂ ਮਸ਼ੀਨ ਉਹ ਜ਼ੋਰ ਨਹੀਂ ਮਾਰਦੀ। ਬਾਕੀ ਹੁਣ ਟਰੈਕਟਰ ਕਰਦੇ ਹਾਂ ਟੋਚਨ ਪਾ ਕੇ ਮਸ਼ੀਨ ਕੱਢ ਲਈ। ਕਿਵੇਂ ਆ ਵੀ ਮੁੰਡਿਆ? ਮੈਨੂੰ ਲੱਗਦਾ ਸੀ ਤੁਹਾਡੇ ਕੋਲ ਭਾਂਡੇ ਲੈਣ ਆਏ ਸੀ, ਤੁਸੀਂ ਮਸ਼ੀਨ ਲੈ ਚੱਲੇ ਹੈ, ਨਿਬੜ ਗਿਆ ਅਤੇ ਕੀ ਕਹਿੰਦਾ ਹੁਣ ਇਹ? ਬਾਕੀ ਅੱਜ ਇਹਨਾਂ ਦੀ ਸੀ ਮਸ਼ੀਨ ਦਾ ਕੰਮ ਨਿਬੜ ਗਿਆ, ਮਸ਼ੀਨ ਆ ਰਹੀ ਆ। ਐਂ ਕਰਿਓ ਗੁਰੀ, ਇਹ ਮਸ਼ੀਨ ਨੂੰ ਪਿੰਡ 'ਚ ਲਿਆਇਓ, ਦੇਖਦੇ ਹਾਂ ਜੀ ਆਪਣੀ ਮੱਕੀ ਵਾਲੀ ਮਸ਼ੀਨ ਆ ਗਈ ਜਿਹੜੀ ਕੁੱਪੇ ਕੱਢਣ ਗਈ ਸੀ 6 ਨੰਬਰ, ਇਹਦੇ ਨਾਲ ਗੱਲਬਾਤ ਕਰਕੇ ਉਹਦਾ ਥਰੈਸਰ ਚੇਂਜ ਕਰਨ ਨੂੰ ਕਿਹਾ ਤਾਂ ਥਰੈਸਰ ਚੇਂਜ ਕਰ ਦਾਂਗੇ, ਕਿਉਂਕਿ ਜਿਹੜਾ ਅੱਜ ਕੈਂਸਲ ਹੋਣੇ 10 ਕਿੱਲੇ ਉਹਦਾ ਰਾਸਤਾ ਥੋੜ੍ਹਾ ਟਾਈਟ ਆ। ਜੇ ਮਤਲਬ ਇਹ ਮਸ਼ੀਨ ਨਾ ਗਈ ਤਾਂ ਆਪਾਂ ਉਹ ਜਿਹੜੀ 41 ਇੰਚੀ ਮਸ਼ੀਨ ਆ ਉਹ ਭੇਜ ਦਾਂਗੇ। ਮੈਂ ਏਜੰਟ ਨਾਲ ਗੱਲ ਕਰਦਾ ਜੀ, ਉਹਨੇ ਕਹਿੰਦਾ ਵੀ ਪਿੰਡ 'ਚ ਲੈ ਜਾਓ ਮਸ਼ੀਨ ਨੂੰ, ਅਤੇ ਮਤਲਬ ਘੰਟੇ ਅੱਧੇ ਘੰਟੇ ਦੇ ਵਿੱਚੋਂ ਮਸ਼ੀਨ ਆਪਣੀ ਆਜੂਗੀ, ਆਪਾਂ ਉਹਦਾ ਥਰੈਸਰ ਬਾਸਕਟ ਬਦਲ ਲਾਂਗੇ ਸਾਰੇ ਜਣੇ ਲੱਗ ਕੇ। ਅਸੀਂ ਤੁਹਾਡੀ ਚਾਹ ਦੇ ਕੇ ਗਿਆ ਜਾਂਦੇ ਨੂੰ ਆਪਣੀ 5 ਨੰਬਰ ਮਸ਼ੀਨ ਖਾਲ 'ਚ ਫਸੀ ਹੋਈ ਸੀ, ਉੱਥੇ ਉਹਦੇ 4 ਨੰਬਰ ਮਸ਼ੀਨ ਫਸੀ ਸੀ, ਉੱਪਰ ਨਹੀਂ ਚੜ੍ਹਦੇ ਸੜਕ 'ਤੇ, ਉਹਦੇ ਜਦੋਂ ਮਸ਼ੀਨ ਉੱਪਰ ਚੜ੍ਹਦੀ ਸੜਕ 'ਤੇ ਜਿਹੜੇ ਛੋਟੇ ਟਾਇਰ 'ਤੇ ਉਹ ਗਾਰੇ 'ਚ ਫਸ ਜਾਂਦੇ ਸੀ, ਜਿਹਦੇ ਕਰਕੇ ਖਾਸਾ ਮਤਲਬ ਮਸ਼ੀਨ ਜਿੱਦੋਜਹਿਦ ਕਰ ਰਹੀ ਸੀ, ਬਾਅਦ 'ਚ ਟੋਚਨ ਪਾ ਕੇ ਕੱਢੀ ਆ। ਫਿਰ ਬਾ ਮੈਂ ਕਰਦਾ ਗੱਲ ਉਹਦੇ ਨਾਲ, ਫਿਰ ਤੁਹਾਨੂੰ ਦੱਸਦਾ। ਕਿਵੇਂ ਸੱਤੂ? ਨਮੇੜਤਾ? ਅੱਛਾ ਅੱਛਾ, ਠੀਕ ਆ ਠੀਕ ਆ, ਮੈਂ ਕਰਦਾ ਉਹਦੇ ਨਾਲ ਗੱਲ, ਉਹ ਤੋਂ ਬਾਅਦ ਪਿੰਡ 'ਚ ਲੈ ਕੇ ਚੱਲਾਂਗੇ ਆਪਣੀ 6 ਨੰਬਰ ਮਸ਼ੀਨ ਆਜੂਗੀ, ਉਹਦਾ ਦੇਖਦੇ ਹਾਂ ਥਰੈਸਰ ਬਾਸਕਟ ਬਦਲਣਾ ਹੋਇਆ ਤਾਂ। ਇੱਥੇ ਲਵੇ ਪਿੰਡ 'ਚ ਵੀ ਕਹਿੰਦਾ 4 ਕਿੱਲੇ ਮੱਕੀ ਦੇ, ਜੇ ਉਹਨਾਂ 'ਚ ਲਾ ਦਈਦਾ ਵੱਖ ਗੱਲ ਆ, ਨਹੀਂ ਫਿਰ ਉਹਦਾ ਵੀ ਥਰੈਸਰ ਬਾਸਕਟ ਬਦਲ ਕੇ ਆਪਾਂ ਉਹਨੂੰ ਵੀ ਸੋਇਆਬੀਨ 'ਤੇ ਝੋਨੇ 'ਤੇ ਕਰਾਂਗੇ। ਮੈਂ ਉਹਨੂੰ ਫੋਨ ਕਰਦਾ। ਆਪਣੀ ਮਸ਼ੀਨ ਦੀ ਵਾਢੀ ਦਾ ਕੰਮ ਨਿਬੜ ਗਿਆ ਅਤੇ ਮੁੰਡੇ ਵਿਹਲੇ ਸੀ, ਇੱਧਰ ਚੈਨ ਮਸ਼ੀਨ ਵਾਲੇ ਰਿਪੇਅਰ ਕਰ ਰਹੇ ਸੀ ਚੈਨ ਮਸ਼ੀਨ ਦੀ, ਉਹਨਾਂ ਨਾਲ ਲੱਗੇ ਕੰਮ ਕਰਾਉਣ। ਕੱਲ੍ਹ ਜਿਹੜੀ ਮਸ਼ੀਨ ਆ ਇਹ ਦਰਖਤ 'ਚ ਵੱਜੀ ਸੀ, ਜਿਹਦੇ ਕਰਕੇ ਜੀ ਰੀਲ ਆ ਜਿਹੜੀ ਖਾਸੀ ਪੀਂਗੀ ਹੋ ਗਈ, ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆ ਰੀਲ ਦੇ ਪਹਿਲਾਂ ਵਾਲੇ ਪਾਈਪ ਨੇ, ਇਹ ਦਰਖਤ 'ਚ ਵੱਜਣ ਕਰਕੇ ਖਾਸੀ ਪੀਂਗੀ ਹੋ ਗਈ ਸੀ, ਅਤੇ ਬਾਕੀ ਮੁੰਡੇ ਲੱਗੇ ਹੋਏ ਨੇ ਇਹਨਾਂ ਨਾਲ ਕੰਮ ਕਰਾਉਣ। ਮਾਮਾ ਅੱਜ ਆਪਾਂ ਚੱਲੀਏ ਜਾ ਕੇ ਰੋਟੀ ਪਾਣੀ ਲਾਉਣਾ, ਅਤੇ ਰੋਟੀ ਪਾਣੀ ਦਾ ਕਰ ਲਈ ਫਿਰ ਲੇਟ ਹੋਵੇਗਾ, ਇਹ ਮੁੰਡੇ ਕਰਾਉਣਗੇ ਇੱਥੇ ਕੰਮ ਇਹਨਾਂ ਨਾਲ। ਗੁਰੀ ਉਹ ਗੁਰੀ ਮੈਂ ਜਾ ਕੇ ਉਹਨੂੰ ਪੁੱਛ ਕੇ ਫੋਨ ਕਰਦਾ, ਜੇ ਮਸ਼ੀਨ ਪਿੰਡ ਲਿਆਉਣੀ ਤਾਂ ਪਿੰਡ ਲਿਆਇਓ, ਠੀਕ ਆ? ਬਸ ਠੀਕ। ਆਪਾਂ ਆ ਗਏ ਆਪਣੇ ਰੂਮ 'ਚ, ਅਤੇ ਆਪਣੇ ਆਉਣ ਤੋਂ ਪਹਿਲਾਂ ਜਿਹੜੇ ਆਪਣੇ 6 ਨੰਬਰ ਮਸ਼ੀਨ ਵਾਲੇ ਬੰਦੇ ਨੇ ਉਹ ਵੀ ਆ ਗਏ। ਕਿਉਂ ਮਾਮਾ ਕਿਵੇਂ ਹੋ? ਬੜੇ ਦਿਨਾਂ ਬਾਅਦ ਦੇਖਿਆ। ਮੱਕੀ ਕੱਢ ਗਿਆ, ਕਿਵੇਂ ਰਿਹਾ ਕੰਮ? ਠੀਕ ਤੀ? ਬਸ ਠੀਕ ਆ ਠੀਕ ਆ। ਜਿਵੇਂ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ 6 ਨੰਬਰ ਮਸ਼ੀਨ ਆ ਉਹ ਆ ਗਈ, ਅਤੇ ਬਾਕੀ ਹੁਣ ਦੇਖਦੇ ਏਜੰਟ ਨਾਲ ਗੱਲ ਕਰਦੇ ਹਾਂ ਵੀ ਇਹਦਾ ਜਿਹੜਾ ਥਰੈਸਰ ਬਦਲਣਾ, ਜਾਂ ਇੱਥੇ ਪਿੰਡ 'ਚ ਲਵੇ 4 ਕਿੱਲੇ ਮੱਕੀ ਦੇ ਹੋਰ ਕਹਿੰਦਾ ਉਹ ਵੱਢ ਕੇ ਆਉਣੇ ਨੇ। ਆਪਾਂ ਏਜੰਟ ਨੂੰ ਫੋਨ ਲਾਉਣਾ, ਉਹ ਤੋਂ ਬਾਅਦ ਗੱਲ ਕਰਦੇ ਹਾਂ। ਮਾਮਾ ਤੁਸੀਂ ਜਿਹੜੀ ਇਹ ਮਸ਼ੀਨ ਆ ਤੁਹਾਡੇ ਲਈ ਨੇ 4 ਕਿੱਲੇ ਮੱਕੀ ਇਹਦੇ ਕੋਲ ਮੱਕੀ ਵੱਢਣ ਜਾਣਾ, ਇਹਦਾ ਮਤਲਬ ਕਰ ਲਓ ਤਿਆਰ। ਕੀ ਲੱਗਿਆ ਹੋਇਆ ਹੁਣ ਕਰਨਾ? ਅੱਛਾ ਅੱਛਾ,
ਬਸ ਠੀਕ ਆ। ਆ ਉਹਦਾ ਕੋਪੇ ਕੱਢ ਗਿਆ ਉੱਥੇ ਤਾਂ ਮਤਲਬ ਬਿਨਾਂ ਮੁੱਕੀ ਤੋਂ ਚੱਲੀ ਗਈ ਹੂੰ। ਅਤੇ ਆ ਮੁੱਕੀ ਮਾਕੀ ਪਾ ਲਓ, ਬਲੇਡ ਬਲੂਡ ਦੇਖ ਲਓ ਹੈਗੇ 4 ਕਿੱਲੇ ਨੇ, ਫਿੰਗਰਾਂ ਲਾਉਣ ਦੀ ਲੋੜ ਹੈਗੀ ਆ ਕਿ ਨਾ ਵਾ। ਬਸ ਠੀਕ ਆ, ਅਤੇ ਉਹੀ ਆ ਵੀ 4 ਕਿੱਲਿਆਂ ਨੂੰ ਆਪਾਂ ਫਿੰਗਰਾਂ ਲਾਉਣ ਲੱਗ ਗਏ, ਜਿੰਨੇ ਟਾਈਮ 'ਚ ਫਿੰਗਰਾਂ ਲੱਗਣਗੀਆਂ ਉਨੇ ਟਾਈਮ 'ਚ ਤਾਂ ਖੇਤੇ ਵੱਢਿਆ ਜਾਊਗਾ। ਬਸ ਠੀਕ ਆ, ਅਤੇ ਬਾਕੀ ਇਹਨੂੰ ਗੁਰੀ ਹੁਣ ਵੀ ਐਂ ਚੰਗੀ ਤਰ੍ਹਾਂ ਕੱਟਦਾ ਕਰਦੇ ਤਿਆਰ, ਬਾਕੀ ਆਪਾਂ ਇੱਕ ਅੱਧਾ ਦਿਨ ਚਲਾਉਣ ਤੋਂ ਬਾਅਦ ਫਿਰ ਇਹ ਕੱਟਰ ਦੀ ਰਿਪੇਅਰ ਕਰਾਂਗੇ। ਆਪਣੇ ਮਸ਼ੀਨ ਦੀ ਰਿਪੇਅਰ ਤਾਂ ਹੋ ਗਈ ਸੀ ਅਤੇ ਕੱਟਰ ਦੀ ਰਹਿ ਗਈ ਸੀ ਕਿਉਂਕਿ ਛੇਤੀ ਸੀ ਆਪਾਂ ਨੂੰ ਕੁੱਪੇ ਕੱਢਣ ਦੀ, ਅਤੇ ਬਿਨਾਂ ਕੱਟਰ ਦੀ ਰਿਪੇਅਰ ਕੀਤੇ ਆਪਾਂ ਮਸ਼ੀਨ ਲੈ ਗਏ ਸੀ। ਹੁਣ ਕੱਲ੍ਹ ਨੂੰ 4 ਕਿੱਲੇ ਨੇ ਵਾਢੀ ਦੇ ਮੱਕੀ ਦੇ, ਉਹ ਵਾਢੀ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਕੱਟਰ ਦਾ ਕੰਮ ਕਰਾਂਗੇ। ਮੁੰਡੇ ਹੁਣ ਮੁੱਕੀ ਮਾਕੀ ਲੱਗੇ ਹੋਏ ਨੇ ਪਾਉਣ ਕਿਉਂਕਿ ਹੁਣ ਤੱਕ ਇਹ ਮਸ਼ੀਨ ਕੁੱਪਿਆਂ 'ਚ ਚੱਲ ਕੇ ਆਈ ਆ, ਅਤੇ ਹੁਣ ਕੱਲ੍ਹ ਨੂੰ ਵਾਢੀ ਇਹਦੇ ਕੋਲ 4 ਕਿੱਲੇ। ਸਟੈਪ ਕਿਵੇਂ ਮਾਮਾ ਇਹ 'ਚ? ਹਾਂ ਸਟੈਪ ਸਟੁੱਪ ਦੇ ਦੇਖੀ ਗੁਰੀ, ਕਿਵੇਂ ਸਟੈਪ ਕਿਵੇਂ ਮਾਮਾ ਸਟੈਪ? ਠੀਕ ਆ, ਬਹੁਤ ਠੀਕ ਹੈਗੇ। 4 ਕਿੱਲੇ ਹੀ ਨੇ, ਉਹ ਤੋਂ ਬਾਅਦ ਤਾਂ ਫਿਰ ਪਤਲੇ ਪਲੇਟਾਂ ਦੀ ਪਾ ਲਾਂਗੇ ਆਪਾਂ, ਫਿਰ ਤਾਂ ਝੋਨੇ 'ਚ ਚੱਲੂ ਮਸ਼ੀਨ। ਅਤੇ ਉਹ ਬੰਦਾ ਕਹਿੰਦਾ ਵੀ ਯਾਰ ਬਾਹਲਾ ਲੱਗ ਗਿਆ, ਕਹਿਣਾ ਆਪਾਂ ਨੂੰ ਹੈਗਾ ਜਾਣ ਪਹਿਚਾਣ ਦਾ, ਕਹਿੰਦਾ ਵੀ ਵੱਢ ਦਿਉ, ਮੀਂਹ ਕਣੀ ਦਾ ਮੌਸਮ ਆ ਵੀ ਹੁਣ ਸੁੱਕਾ ਖੇਤ, ਤੁਸੀਂ ਵੱਢ ਕੇ ਕਹਿੰਦਾ ਕੰਮ ਨਮੇੜ ਦਿਉ, ਕੱਲ੍ਹ ਨੂੰ ਤਾਂ ਵੱਢ ਕੇ ਫਿਰ ਆਪਾਂ ਨੂੰ ਝੋਨੇ 'ਚ ਤਿਆਰ ਕਰ ਦਾਂਗੇ ਮਸ਼ੀਨ ਨੂੰ। ਠੀਕ ਆ, ਆ ਪਹਿਲਾਂ ਕੱਟਰ 'ਚ ਕੱਟਦੀ ਕਰ ਦਾਂਗੇ ਰਿਪੇਅਰ ਚੰਗੀ ਤਰ੍ਹਾਂ, ਉਹ ਤੋਂ ਬਾਅਦ ਫਿਰ ਝੋਨੇ 'ਤੇ ਤਿਆਰ ਕਰਾਂਗੇ ਮਸ਼ੀਨ ਨੂੰ ਆਪਾਂ। ਇਹ ਜਿਹੜੀਆਂ ਟਰਨਾਂ ਲਾਉਣ ਵਾਲੀਆਂ ਨੇ ਇਹ ਲਾ ਲਓ, ਅਤੇ ਉਹ ਤੋਂ ਬਾਅਦ ਇਹਨੂੰ ਕਰ ਲਓ ਤਿਆਰ ਮਸ਼ੀਨ ਨੂੰ। ਆਪਾਂ ਨੇ ਬਾਹਰੋਂ ਟਰਾਲਾ ਆਪਣੇ ਰੂਮ 'ਚ ਲਿਆਂਦਾ ਕਿਉਂਕਿ ਉੱਥੇ ਹਨੇਰਾ ਸੀ, ਹਨੇਰੇ 'ਚ ਕੰਮ ਨਹੀਂ ਹੁੰਦਾ ਸੀ। ਹੁਣ ਲਾਈਟ ਲਾ ਕੇ ਉਰੇ ਦਾ ਬਾਕੀ ਦਾ ਰਹਿੰਦਾ ਕੰਮ ਉਹ ਕਰਾਂਗੇ। ਇੱਕ ਤਾਂ ਟਰਨਾਂ ਲਾਉਣੀਆਂ ਰਹਿ ਗਈਆਂ ਥੋੜ੍ਹੀਆਂ ਜਿਹੀਆਂ, ਬਾਕੀ ਸਟੈਪ ਸਟੁੱਪ ਦਾ ਕੰਮ ਆ ਉਹ ਆਪਾਂ ਹੁਣ ਇੱਥੇ ਬਲਮ ਲਾ ਕੇ ਹੁਣ ਕਰਾਂਗੇ ਚਾਨਣ 'ਚ। ਬਾਹਰ ਹਨੇਰਾ ਸੀ ਤਾਂ ਕਰਕੇ ਆਪਾਂ ਨੇ ਇਹ ਜਿਹੜਾ ਟਰਾਲਾ ਆਪਣੇ ਰੂਮ ਆਪਣੀ ਇਹ ਮਸ਼ੀਨ 'ਤੇ ਕੱਟਰ ਦਾ ਸਟੈਪ ਪਾਉਣੀ ਸੀ ਉਹ ਬਦਲਤੀ, ਟਰਨਾਂ ਲਾਉਣੀਆਂ ਸੀ ਉਹ ਲਾਤੀਆਂ, ਮੁੱਕੀ ਨਵੀਂ ਪਾਉਣੀ ਸੀ ਉਹ ਪਾਤੀ, ਬਾਕੀ ਦਾ ਨਿੱਕਾ ਮੋਟਾ ਕੰਮ ਸਾਰਾ ਨਿਬੜ ਗਿਆ। ਅਤੇ ਗੁਰੀ ਤੂੰ ਐਂ ਕਰ, ਤੂੰ ਰੋਟੀ ਪਾਲਾ ਹੁਣ, ਤੈਨੂੰ ਮੈਂ ਸੱਤੂ ਕੋਲ ਛੱਡਿਆ ਹੋਣਾ ਅਤੇ ਤੂੰ ਉਹਦੀ ਰੋਟੀ ਲੈ ਚੱਲੀ, ਤੂੰ ਆਪਦੀ ਖਾ ਲਈ। ਬਸ ਠੀਕ ਆ, ਤੂੰ ਉਹਦੀ ਰੋਟੀ ਪਾਲਾ ਸੱਤੂ ਦੀ, ਮੈਂ ਤੈਨੂੰ ਉਹ ਮਸ਼ੀਨ ਕੋਲ ਛੱਡ ਆਉਣਾ, ਬਾਕੀ ਜਿਹੜਾ ਰਹਿੰਦਾ ਮਾੜਾ ਮੋਟਾ ਕੰਮ ਇਹ ਕਰ ਲੈਣਗੇ, 2 ਪਾਈਪਾਂ ਦੇ ਟਰਨ ਹੀ ਲਾਉਣੀਆਂ ਨੇ ਇਹ ਲਾ ਲੈਣਗੇ। ਠੀਕ ਆ, ਬਸ ਤੂੰ ਰੋਟੀ ਪਾਲਾ ਉਹਦੀ, ਚੱਲ ਮੈਂ ਤੈਨੂੰ ਛੱਡ ਕੇ ਆਵਾਂ ਫਿਰ। ਚੱਕ ਸੱਤੂ ਬਈ ਤੇਰੀ ਰੋਟੀ, ਇਹ ਮੁੰਡਾ ਤਾਂ ਲੇਟ ਹੋ ਗਿਆ ਸੀ, ਆਪਣੀ ਜਿਹੜੀ 6 ਨੰਬਰ ਮਸ਼ੀਨ ਆ ਉਹ ਮੱਕੀ ਦੇ ਕੁੱਪੇ ਕੱਢ ਕੇ ਆ ਗਈ ਅਤੇ ਉਹਦੇ ਲੱਗ ਗਈ ਕੱਟਰ ਕੁੱਟਰ ਦਾ ਕੰਮ ਕਰਾਉਣਾ। ਠੀਕ ਆ, ਉਹਦੀ ਮੁੱਕੀ ਮਾਕੀ ਪਾਉਣ ਵਾਲੀ ਸੀ, ਫਿਰ ਉਹ 2 ਬੰਦੇ ਸੀ ਤਾਂ ਕਰਕੇ ਅਲੱਗ ਲਗਾ ਕੇ ਉਹਦਾ ਟਰਾਲੇ ਦਾ ਕੰਮ ਨਿਬੇੜਿਆ ਅਤੇ ਹੁਣ ਉਹ ਮਸ਼ੀਨ ਤਿਆਰ ਆ, ਇਹ ਤੇਰੀ ਰੋਟੀ ਲੈ ਕੇ ਆ ਗਿਆ। ਬਾਕੀ ਉਹਨੂੰ ਸਵੇਰੇ 4 ਕਿੱਲੇ ਮੱਕੀ ਦੇ ਨੇ, ਤੁਹਾਨੂੰ 5-4 ਕਿੱਲੇ ਝੋਨੇ ਦੇ ਨੇ, ਅਤੇ ਜਿਹੜੀ 5 ਨੰਬਰ ਮਸ਼ੀਨ ਆ ਉਹਨੂੰ ਸੋਇਆਬੀਨ ਦੇ ਕੁੱਪੇ ਨੇ। ਠੀਕ ਆ, ਰੋਟੀ ਪਾਣੀ ਖਾ ਲਓ ਅਤੇ ਆਰਾਮ ਕਰ ਲਓ। ਮਸ਼ੀਨ ਤਾਂ ਆਪਣੀ ਇਹ ਤਾਂ ਓਕੇ ਆ? ਬਸ ਠੀਕ।